आ लो भी आ जाओ वापस सारे जाने पिंड सरीह दे जिला पिंड जलंधर मेरे पिछे तुसी देख सकते हो भी भलवान लगे हुए कुश्तियां करन इह धर्मिंदर बाई दा खाड़ा है। ये खाड़ा उन्हें किवें शुरू किया इहदे बारे गलबात आपां बाद च करांगे, पहला तुसी इहनां दीआं कुश्तियां देख लो बई। ਇੱਦਾਂ ਟਾਈਮ ਪਾਸ ਕਰਦੇ ਪਿੰਡ ਵਾਲੇ ਇੱਥੇ ਹੁੰਦੇ ਆ ਕੁਸ਼ਤੀਆਂ ਤੇ ਇਹ ਜਿਹੜਾ ਅਖਾੜਾ ਹੈਗਾ ਇਸ ਬਾਈ ਦਾ ਧਰਮਿੰਦਰ ਦਾ ਬਾਈ ਇਹ ਕਿੱਦਾਂ ਅਖਾੜਾ ਤੁਸੀਂ ਸ਼ੁਰੂ ਕੀਤਾ ਇਹਦੇ ਪਿੱਛੇ ਕੀ ਬੈਕਗ੍ਰਾਉਂਡ ਆ ਤੇ ਬੈਕਗ੍ਰਾਉਂਡ ਇਹ ਮੇਰਾ ਵੱਡਾ ਭਰਾ ਜੋ ਜਸਵੀਰ ਸਿੰਘ ਸ਼ੀਰਾ ਉਹ ਇਸ ਵੇਲੇ ਕੈਨੇਡਾ 'ਚ ਰਹਿ ਰਿਹਾ ਉਹ ਕੁਸ਼ਤੀ ਕਰਦੇ ਕੈਨੇਡਾ ਵਿੱਚ ਤੇ ਉਹਨਾਂ ਨੇ ਸ਼ੁਰੂ ਕਰਵਾਇਆ ਪਿਛਲੇ ਸਾਲ ਉਹ ਆ ਕੇ ਗਿਆ ਜਨਵਰੀ ਵਿੱਚ ਅੱਛਾ ਜੀ ਤੇ ਉਹਨਾਂ ਨੇ ਸ਼ੁਰੂ ਕਰਵਾ ਕੇ ਗਏ ਆ ਤੇ ਇੱਥੇ ਕੋਚ ਦਾ ਵੀ ਪ੍ਰਬੰਧ ਆ ਖਾਸ ਤੇ ਡਾਈਟ ਵੀ ਇਹਨਾਂ ਨੂੰ ਦਿੰਨੇ ਆ ਅਸੀਂ ਪ੍ਰੋਪਰ ਠੀਕ ਹੈ ਹਾਂਜੀ ਆਪਣੇ ਬ੍ਰਦਰ ਬਾਰੇ ਦੱਸੋ ਬਾਈ ਵੀ ਉਹਨਾਂ ਨੇ ਜਿਵੇਂ ਕਿਸ਼ਤੀਆਂ ਕਰਦੇ ਆ ਉਹ ਕੈਨੇਡਾ 'ਚ ਕਿੱਥੇ ਕਰਦੇ ਆ ਉਹਨਾਂ ਦੀ ਕੀ ਪ੍ਰਾਪਤੀਆਂ ਨੇ ਉਹ ਸਰੀ ਵਿੱਚ ਕਰ ਬਹਿ ਰਹੇ ਆ ਇਸ ਟਾਈਮ ਤੇ ਕੈਨੇਡਾ 'ਚ ਹੀ ਕੁਸ਼ਤੀ ਕਰਦੇ ਉਹ ਅਮਰੀਕਾ ਵੱਲ ਵੀ ਜਾ ਕੇ ਆਉਂਦੇ ਆ ਕਈ ਚਾਈਨਾ 'ਚ ਵੀ ਜਾ ਕੇ ਆਏ ਆ ਤੇ ਹੋਰ ਵੀ ਦੇਸ਼ਾਂ 'ਚ ਜਾ ਕੇ ਆਏ ਕਾਫੀ ਤੇ ਨੈਸ਼ਨਲ ਲੈਵਲ ਦੇ ਉਹ ਪਲੇਅਰ ਹੋਏ ਆ ਕੈਨੇਡਾ ਵੱਲੋਂ ਹਾਂਜੀ ਠੀਕ ਹੈ ਤੇ ਕਦੋਂ ਕਿਹਾ ਸੀ ਬਾਈ ਪੰਜਾਬ 'ਚ ਉਧਰ ਬਾਈ ਤਕਰੀਬਨ ਉਹਨਾਂ 20 ਸਾਲ ਹੋ ਗਏ ਇੱਥੋਂ ਗਿਆ ਨੂੰ ਤੇ ਉਹਨਾਂ ਨੇ ਉਸੇ ਟਾਈਮ ਤੋਂ 2-4 ਸਾਲ ਬਾਅਦ ਕੁਸ਼ਤੀ ਸ਼ੁਰੂ ਕਰ ਦਿੱਤੀ ਸੀਗੀ ਠੀਕ ਹੈ ਹਾਂਜੀ ਤੇ ਇੱਧਰ ਵੀ ਬਾਈ ਕੁਸ਼ਤੀ ਕਰਦਾ ਸੀ ਪਹਿਲਾਂ ਨਹੀਂ ਇੱਧਰ ਨਹੀਂ ਸੀ ਕਰਦਾ ਇੱਧਰ ਪਹਿਲਾਂ ਹਲੇ ਛੋਟਾ ਹੀ ਸੀਗਾ ਜਦੋਂ 7ਵੀਂ ਕਲਾਸ 'ਚ ਪੜ੍ਹਦਾ ਸੀ ਉਦੋਂ ਹੀ ਚਲੇ ਗਏ ਬਾਅਦ 'ਚ ਉੱਥੇ ਜਾ ਕੇ ਸ਼ੌਂਕ ਪਿਆ ਉੱਥੇ ਜਾ ਕੇ ਫਿਰ ਇਹ ਕਿੱਦਾਂ ਹੋਇਆ ਵੀ ਯਾਰ ਆਪਣੇ ਪਿੰਡ 'ਚ ਸ਼ੁਰੂ ਕੀਤਾ ਜਾਵੇ ਖਾੜਾ ਫਿਰ ਉਹਨਾਂ ਦਾ ਸੋਚ ਸੀਗੀ ਉਹਨਾਂ ਦੀ ਵੀ ਜਿੱਦਾਂ ਵੀ ਮੈਂ ਭਲਵਾਨ ਬਣਿਆ ਤੇ ਮੇਰੇ ਵਾਂਗੂ ਵੀ ਮੈਂ ਆਪਣਾ ਕੁਝ ਪਿਛੋਕੜ ਵੀ ਛੱਡਾਂ ਵੀ ਨਿਆਣੇ ਵਧੀਆ ਬਣ ਜਾਂਦੇ ਨਸ਼ਿਆਂ ਤੋਂ ਦੂਰ ਰਹਿਣ ਨਵੀਂ ਪੀੜ੍ਹੀ ਇਸ ਕਰਕੇ ਉਹ ਚਾਹੁੰਦੇ ਸੀਗੇ ਵੀ ਸਰੀਰ ਵਿੱਚ ਵੀ ਆਪਾਂ ਇੱਕ ਖਾੜਾ ਖੋਲੀਏ ਤੇ ਉਹ ਸਾਨੂੰ ਜੋ ਵੀ ਕਹਿੰਦੇ ਅਸੀਂ ਉਹ ਇੱਥੇ ਦੇਖਭਾਲ ਕਰ ਦਿਆਂਗੇ ਇਹਦੇ ਤੁਸੀਂ ਆਪਦੇ ਪਿੰਡ ਦਾ ਨਾਂ ਕਿਤੇ ਕੈਨੇਡਾ ਵਾਲੇ ਸਰੀ ਤੇ ਨਹੀਂ ਰੱਖਿਆ ਇਹ ਵੀ ਸਰੀ ਹੈ ਉਹ ਵੀ ਸਰੀ ਹੈ ਨਹੀਂ ਨਹੀਂ ਇਹਦੇ ਪਿੰਡ ਦਾ ਨਾਂ ਪਹਿਲਾਂ ਤੋਂ ਸਰੀ ਆ ਪੁਰਾਣੇ ਬਜ਼ੁਰਗਾਂ ਨੇ ਰੱਖਿਆ ਹੋਇਆ ਤੇ ਕੈਨੇਡਾ ਦਾ ਲੋਕ ਹੁਣ ਜਾਣ ਲੱਗੇ ਆ ਠੀਕ ਹੈ ਤੇ ਮੈਂ ਸੋਚਦਾ ਹੋ ਸਕਦਾ ਕੋਈ ਲਿੰਕ ਹੋਵੇ ਅੱਛਾ ਤੇ ਆਪਣਾ ਜਿਹੜਾ ਇਹ ਖਾੜਾ ਫਿਰ ਇੱਥੇ ਹੁਣ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਤੁਸੀਂ ਦਿੰਦੇ ਹੋ ਇੱਥੇ ਨੂੰ ਵੇਟ ਮਿਲਦਾ ਪ੍ਰੋਪਰ ਕਰਨ ਨੂੰ ਫਿਰ ਡਾਈਟ ਮਿਲਦੀ ਹੈ ਬਦਾਮ ਕਾਜੂ ਵਗੈਰਾ ਸਾਰਾ ਕੁਝ ਮਿਲਦਾ ਆ ਫਿਰ ਨਹਾਉਣ ਵਾਸਤੇ ਤੇਲ ਸਾਬਣ ਲਗੋਟੇ ਸਾਰਾ ਕੁਝ ਨੂੰ ਦਿੰਨੇ ਆ ਜੋ ਵੀ ਇਹਨਾਂ ਨੂੰ ਲੋੜ ਮੁਤਾਬਕ ਚਾਹੀਦਾ ਉਹ ਅਸੀਂ ਪਹੁੰਚਦਾ ਕਰਦੇ ਆ ਇਹਨਾਂ ਕੋਲ ਤੁਸੀਂ ਵੀ ਕੁਸ਼ਤੀ ਕਰਦੇ ਹੋ ਨਹੀਂ ਜੀ ਮੈਂ ਨਹੀਂ ਕਰਦਾ ਮੇਰਾ ਬ੍ਰਦਰ ਕਰਦਾ ਕੈਨੇਡਾ ਵਿੱਚ ਤੁਸੀਂ ਹੋਰੇ ਫਿਰ ਸਾਰਾ ਕੰਮ ਹਾਂਜੀ ਇੱਥੇ ਅਸੀਂ ਇੱਥੇ ਜੋ ਵੀ ਉਹ ਕਹਿੰਦੇ ਆ ਇਹਨਾਂ ਨੂੰ ਚਾਹੀਦਾ ਤੇ ਉਹ ਪ੍ਰੋਪਰ ਸਾਨੂੰ ਪੈਸੇ ਦੇ ਹਾਂਜੀ ਦੇਖਭਾਲ ਅਸੀਂ ਸਾਰੀ ਕਰਦੇ ਇੱਥੇ ਤੇ ਇਹ ਜਿਹੜੇ ਹੁੰਦੇ ਦੇਖ ਰਹੇ ਤੁਹਾਡੇ ਆ ਪਿੱਲਰ ਬਣੇ ਹੋਏ ਆ ਤੁਸੀਂ ਉਹਨਾਂ ਛੱਤ ਛੱਤਾਂ ਦਾ ਵੀ ਕੋਈ ਹਾਂਜੀ ਇਹਦੇ ਉੱਪਰ ਅਸੀਂ ਸ਼ੈੱਡ ਪਾ ਦੇਣੀ ਆ ਉਹ ਜਿਹੜੇ ਨਿਆਣੇ ਮਿਹਨਤ ਕਰਦੇ ਆ ਉਹਨਾਂ ਦੀ ਕੋਈ ਵੀ ਜਦੋਂ ਮਿਸ ਨਾ ਜਾਵੇ ਇੱਕ ਦਿਨ ਵੀ ਨਿਆਣੇ ਵਧੀਆ ਹੋ ਗਏ ਅਸੀਂ ਇੱਕ ਕੋਚ ਗੱਦੇ ਵਾਲਾ ਰੱਖ ਕੇ ਗੱਦੇ ਵੀ ਇੱਥੇ ਲਾਵਾਂਗੇ ਠੀਕ ਹੈ ਪਿੰਡ ਵਾਲੇ ਵੀ ਇੱਦਾਂ ਸਾਡਾ ਕਾਫੀ ਸਾਥ ਦਿੰਦੇ ਆ ਜਿੱਦਾਂ ਜਿਹੜੇ ਵੀ ਅਸੀਂ ਨਿਆਣੇ ਨੂੰ ਕਹਿੰਦੇ ਆ ਸਾਨੂੰ ਲੱਗਦਾ ਵਧੀਆ ਤੇ ਪਿੰਡ ਵਾਲੇ ਇੱਥੇ ਆ ਕੇ ਉਹਨਾਂ ਨੂੰ ਫੋਰਸ ਕਰਦੇ ਵੀ ਤੁਸੀਂ ਉੱਥੇ ਜ਼ੋਰ ਕਰੋ ਜਾ ਕੇ ਤੇ ਇੱਥੇ ਛੱਡ ਕੇ ਜਾਂਦੇ ਆਪਣੇ ਨਿਆਣਿਆਂ ਨੂੰ ਆਪ ਤੇ ਵਧੀਆ ਗੱਲ ਹੈ ਸਾਡੇ ਲਈ ਵੀ ਇਹ ਬਹੁਤ ਵਧੀਆ ਗੱਲ ਹੈ ਬਾਈ ਇਹ ਸੀਗਾ ਬਾਈ ਧਰਮਿੰਦਰ ਬਾਈ ਤੇ ਇਹਨਾਂ ਦਾ ਸੀਗਾ ਸਰੀ ਪਿੰਡ ਦਾ ਅਖਾੜਾ ਤੁਹਾਡੇ ਪਿੰਡ ਵੀ ਜਿੱਦਾਂ ਦਾ ਕੋਈ ਅਖਾੜਾ ਹੈਗਾ ਜਾਂ ਤੁਸੀਂ ਵੀ ਆਪਦੇ ਪਿੰਡ 'ਚ ਕੋਈ ਇਸ ਤਰ੍ਹਾਂ ਦੀ ਚੀਜ਼ ਕਰ ਰਹੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ ਸਾਨੂੰ ਤੁਸੀਂ ਈਮੇਲ ਪਾ ਸਕਦੇ ਹੋ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਪਿੰਡ ਸਰੀ ਦਾ ਉਹ ਅਸੀਂ ਇੱਥੇ ਖਤਮ ਕਰਦੇ ਹਾਂ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਅਗਲੇ ਕਿਸੇ ਪਿੰਡ 'ਚ ਸਤਿ ਸ੍ਰੀ ਅਕਾਲ ਓ ਸੱਥਾ ਚ ਰੌਣਕਾਂ ਲੱਗੀਆਂ ਰਹਿੰਦੀਆਂ ਪਿੱਪਲਾਂ ਦੇ ਨਾਲ ਪੀਂਗਾ ਪੈਂਦੀਆਂ